ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਪੈਰੀ ਸਟੱਡੀ ਔਨਲਾਈਨ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਇੰਪੋਰਟੈਂਟ ਨਿਊਜ਼ ਹੈ, ਤੁਹਾਡੀ ਡੇਟ ਸ਼ੀਟ ਆ ਗਈ ਹੈ। ਠੀਕ ਹੈ, ਪ੍ਰੀਖਿਆ ਸ਼ਾਖਾ ਮਿਤੀ 12/22/2023, ਮਤਲਬ ਅੱਜ ਦਾ ਦਿਨ ਹੈ। ਠੀਕ ਹੈ, ਲਿਖਤੀ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ। ਸੋ ਡੇਟ ਸ਼ੀਟ ਕੀ ਹੈ ਆਪਾਂ ਦੇਖਦੇ ਹਾਂ, ਉਸ ਤੋਂ ਪਹਿਲਾਂ ਦੱਸ ਦਈਏ ਬੈਚ ਤੁਸੀਂ ਅੱਜ ਪਰਚੇਸ ਕਰ ਸਕਦੇ ਹੋ 210 ਰੁਪਏ ਵਿੱਚ। ਠੀਕ ਹੈ, ਹੁਣ ਤੁਹਾਡੀ ਡੇਟ ਸ਼ੀਟ ਆ ਗਈ ਹੈ। ਸੋ ਸਿਰਫ ਅੱਜ ਦਾ ਪ੍ਰਾਈਜ਼ ਹੈ 210, ਇਸ ਤੋਂ ਬਾਅਦ ਸਿੱਧਾ ਕੱਲ੍ਹ ਨੂੰ 500 ਪ੍ਰਾਈਜ਼ ਹੋਵੇਗਾ, ਕਿਉਂਕਿ ਪੇਪਰਾਂ ਦੇ ਦਿਨ ਆ ਚੁੱਕੇ ਆ, 9 ਤਰੀਕ ਤੋਂ ਤੁਹਾਡੇ ਪੇਪਰ ਸ਼ੁਰੂ ਹੋ ਚੁੱਕੇ ਆ। ਸੋ ਆਪਾਂ ਡਿਸਕਸ ਕਰਦੇ ਹਾਂ ਡੇਟ ਸ਼ੀਟ। ਸੋ ਡੇਟ ਸ਼ੀਟ ਪਹਿਲਾ ਪੇਪਰ ਹੈ ਤੁਹਾਡਾ ਸਿੱਖਿਆ ਸਮਾਜ ਪਾਠਕ੍ਰਮ ਸੁਸਾਇਟੀ। ਠੀਕ ਹੈ, 9 ਤਰੀਕ ਨੂੰ, 9/1/2024। ਉਸ ਤੋਂ ਬਾਅਦ ਇੱਕ ਦਿਨ ਦੀ ਛੁੱਟੀ ਹੈ, ਮਤਲਬ ਪੇਪਰ ਦੀ ਟਾਈਮਿੰਗ ਕੀ ਹੈ, 10 ਤੋਂ 1। ਉਸ ਤੋਂ ਬਾਅਦ ਸਮਕਾਲੀਨ ਭਾਰਤੀ ਸਮਾਜ, ਉਸ ਤੋਂ ਬਾਅਦ ਅੰਗਰੇਜ਼ੀ ਦਾ ਪੇਪਰ ਹੈ। ਬਟ ਸਭ ਤੋਂ ਮਾੜੀ ਗੱਲ ਇਹ ਹੈ, ਅੰਗਰੇਜ਼ੀ ਵਿੱਚ ਕੋਈ ਛੁੱਟੀ ਨਹੀਂ ਹੈ। ਠੀਕ ਹੈ, ਮਾੜੀ ਗੱਲ ਇਹ ਮੰਨੀ ਜਾਂਦੀ ਹੈ ਕਿ ਅੰਗਰੇਜ਼ੀ ਵਿੱਚ ਕੋਈ ਵੀ ਛੁੱਟੀ ਨਹੀਂ ਆਈ। ਉਸ ਤੋਂ ਬਾਅਦ ICT ਦੇ ਵਿੱਚ 2 ਛੁੱਟੀਆਂ ਇਕੱਠੀਆਂ, 13 ਅਤੇ 14 ਦੀ 2 ਛੁੱਟੀਆਂ ਆ ਗਈਆਂ ICT ਵਾਸਤੇ। ਓਕੇ, 2 ਘੰਟਿਆਂ ਦਾ ਪੇਪਰ ਹੈ ਵੀ ਆਪਣਾ। ਉਸ ਤੋਂ ਬਾਅਦ ਆਪਣੀ ਆ ਗਈ CDP। ਠੀਕ ਹੈ, CDP ਦੇ ਵਿੱਚ 1 ਛੁੱਟੀ ਹੈ। ਉਸ ਤੋਂ ਬਾਅਦ ਮਾਤ ਭਾਸ਼ਾ ਦੇ ਵਿੱਚ ਫਿਰ ਕੋਈ ਛੁੱਟੀ ਨਹੀਂ ਹੈ, ਸਿੱਧਾ 17 ਤੋਂ ਬਾਅਦ 18 ਨੂੰ। ਉਸ ਤੋਂ ਬਾਅਦ 19 ਨੂੰ ਕੀ ਹੈ, ਫਿਜੀਕਲ ਦਾ ਪੇਪਰ ਆ ਗਿਆ, ਕੋਈ ਛੁੱਟੀ ਨਹੀਂ ਹੈ। ਅਤੇ ਸਭ ਤੋਂ ਬੈਸਟ ਚੀਜ਼ ਕੀ ਹੈ, ਮੈਥ ਵਾਸਤੇ ਤੁਹਾਡੇ ਕੋਲ 2 ਦਿਨ ਹੈ। ਠੀਕ ਹੈ, 2 ਛੁੱਟੀਆਂ ਜਿਵੇਂ ਕੀ ਹੈ 20 ਅਤੇ 21, ਤਾਂ ਤੁਸੀਂ 2 ਦਿਨ ਆਪਾਂ ਫੁੱਲ, ਮੇਰਾ ਪ੍ਰੋਮਿਸ ਹੈ ਤੁਹਾਨੂੰ, ਘੱਟੋ ਘੱਟ ਆਪਾਂ 3-3, 4-4 ਘੰਟੇ ਕਲਾਸਾਂ ਲਗਾਵਾਂਗੇ 2 ਦਿਨ। ਸੋ ਮੈਥ ਦੀ ਇਕੱਲੇ ਕੁਐਸਚਨ ਦੀ ਪੂਰੀ ਰਿਵੀਜ਼ਨ ਕਰਾਂਗੇ, ਬਟ ਜੇਕਰ ਤੁਸੀਂ ਬੈਚ ਲਿਆ ਹੋਇਆ ਫਿਰ ਤੁਹਾਨੂੰ ਉਹ ਮਿਲੇਗਾ। ਓਕੇ, ਸੋ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਅੱਜ ਤੁਸੀਂ ਜੁਆਇਨ ਕਰ ਸਕਦੇ ਹੋ। ਅੱਜ ਪ੍ਰਾਈਜ਼ ਹੈ ਸਿਰਫ 210 ਰੁਪਏ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਫੋਨ 'ਤੇ ਤੁਸੀਂ ਕੰਟੈਕਟ ਕਰ ਸਕਦੇ। ਡੇਟ ਸ਼ੀਟ ਬਿਲਕੁਲ ਕਰੈਕਟ ਹੈ, ਕਿਉਂਕਿ ਮੈਂ ਕਨਫਰਮ ਕਰ ਚੁੱਕਿਆ ਕਾਲਜ ਦੇ ਵਿੱਚੋਂ, ਕਾਲਜ ਦੇ ਵਿੱਚ ਇਹ ਡੇਟ ਸ਼ੀਟ ਆ ਚੁੱਕੀ ਹੈ। ਉਸ ਤੋਂ ਬਾਅਦ 24 ਨੂੰ ਤੁਹਾਡਾ ਕੀ ਹੈ, ਲਾਸਟ ਪੇਪਰ ਹੈ EVS ਦਾ। ਉਸ ਤੋਂ ਬਿਨਾਂ ਇੱਥੇ ਲਿਖਿਆ ਹੋਇਆ ਹੈ, ਜੇਕਰ ਕੋਈ ਅਚਨਚੇ ਛੁੱਟੀ ਐਲਾਨੀ ਜਾਂਦੀ ਹੈ ਤਾਂ ਪ੍ਰੀਖਿਆ ਨੂੰ ਕੀ ਹੈ ਆਪਾਂ ਕੀ ਅੱਗੇ ਵੀ ਕਰ ਸਕਦੇ ਹਾਂ। ਓਕੇ, ਉਸ ਤੋਂ ਬਾਅਦ ਅੱਗੇ ਤੁਹਾਡੇ ਕੋਲ ਜਿਹੜੇ ਪ੍ਰੈਕਟੀਕਲ ਹੈ ਉਹ ਕਦੋਂ ਹੋਣਗੇ, 25 ਤੋਂ ਲੈ ਕੇ 31 ਤੱਕ ਤੁਹਾਡੇ ਪ੍ਰੈਕਟੀਕਲ ਹੋਣਗੇ। ਠੀਕ ਹੈ, ਸੋ ਇਸ ਤਰ੍ਹਾਂ ਤੁਹਾਡਾ ਪਹਿਲਾ ਸਾਲ ਕੀ ਹੈ ਖਤਮ ਹੋ ਜਾਏਗਾ। ਅੱਜ ਇਹ ਆਈ ਹੈ, ਮਤਲਬ ਠੀਕ ਹੈ, 12 ਤੁਸੀਂ ਮਿਤੀ ਦੇਖ ਸਕਦੇ ਹੋ, 12/12/2023। ਠੀਕ ਹੈ, ਪ੍ਰੀਖਿਆ ਦੀ ਡੇਟ ਸ਼ੀਟ ਤੁਹਾਡੇ ਕੋਲ ਆ ਚੁੱਕੀ ਹੈ। ਸੋ ਤਿਆਰ ਹੋ ਜਾਓ 9/9/2024, ਜਿਹੜੇ ਦਿਨ ਦਾ ਤੁਹਾਨੂੰ ਇੰਤਜ਼ਾਰ ਸੀ ਕਾਫੀ ਟਾਈਮ ਤੋਂ ਕਿ ਸਾਡੀ ਡੇਟ ਸ਼ੀਟ ਨਹੀਂ ਆਈ, ਪੇਪਰ ਕਦੋਂ ਹੋਣਗੇ। ਸੋ ਡੇਟ ਸ਼ੀਟ ਆ ਗਈ ਹੈ। ਸੋ ਮਾੜੀ ਗੱਲ ਇੱਕ ਹੀ ਹੈ ਵੀ ਅੰਗਰੇਜ਼ੀ ਵਿੱਚ ਕੋਈ ਛੁੱਟੀ ਨਹੀਂ ਹੈ, ਅਤੇ ਉਸ ਤੋਂ ਬਿਨਾਂ 1-2 ਹੋਰ ਸਬਜੈਕਟ ਹੈ ਜਿਨ੍ਹਾਂ ਵਿੱਚ ਕੋਈ ਛੁੱਟੀ ਨਹੀਂ ਹੈ। ਓਕੇ, ਸੋ ਆਪਣਾ ਸਿਲੇਬਸ ਹੁਣ ਪੂਰੇ 20 ਦੇ ਨਾਲ ਪਹਿਲਾਂ ਹੀ ਵਧੀਆ ਹੋ ਰਿਹਾ ਸੀਗਾ, ਹੁਣ ਆਪਾਂ ਕੰਪਲੀਟ ਜਲਦੀ ਜਲਦੀ ਕਰਾਂਗੇ। ਸੋ ਮੈਥ ਦੀ ਅੱਜ ਡਬਲ ਕਲਾਸ ਲੱਗੇਗੀ, ਜਿਹਦੇ ਵਿੱਚ ਆਪਾਂ ਕਿ ਰੇਖਾ ਗਣਿਤ ਵਾਲਾ ਟੋਪਿਕ ਸ਼ੁਰੂ ਕਰਾਂਗੇ। ਸੋ ਆਪਣਾ ਜਿੰਨਾ ਵੀ ਪੇਪਰ ਰਹਿ ਗਿਆ ਉਹ ਸਾਰੀ ਰਿਵੀਜ਼ਨ ਹੁਣ ਆਪਾਂ ਕਰਾਂਗੇ। ਠੀਕ ਹੈ, ਅਗਲੇ ਜਿੰਨੇ ਵੀ ਦਿਨ ਹੈ, ਸੋ ਆਪਾਂ ਪੂਰੀ ਮਿਹਨਤ ਕਰਕੇ ਆਪਣੀ ਸਾਰੀ ਰਿਵੀਜ਼ਨ ਕੰਪਲੀਟ ਕਰਾਂਗੇ, ਸਾਰਾ ਸਿਲੇਬਸ ਕੰਪਲੀਟ ਕਰਾਂਗੇ। ਸੋ ਜੇਕਰ ਕੋਈ ਬੈਚ ਜੁਆਇਨ ਕਰਨਾ ਚਾਹੁੰਦਾ ਅੱਜ ਤੁਸੀਂ ਕਰ ਸਕਦੇ ਹੋ, ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ। ਥੈਂਕ ਯੂ ਵੈਰੀ ਮੱਚ।